ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਇੱਕ ਵਾਰ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਗੱਡੀ ਦੇ ਵਿੱਚ ਰਾੜਾ ਸਾਹਿਬ ਵੱਲੋਂ ਆ ਰਹੇ ਸਨ। ਇੱਕ ਬੰਦਾ ਘੋੜੀ ਦੇ ਉੱਪਰ ਬੈਠ ਕੇ ਹੱਥ ਵਿੱਚ ਪੀਪਾ ਅਤੇ ਡੰਡਾ ਫੜ ਕੇ ਉਸ ਨਾਲ ਖੜਕਾ ਕਰਦਾ ਹੋਇਆ ਪਿੰਡ ਵਿੱਚ ਹੋਕਾ ਦੇ ਰਿਹਾ ਸੀ ਕਿ ਕਰਮਾਂ ਵਾਲਿਓ, ਕਲੇਰਾਂ ਵਾਲੇ ਮਹਾਂਪੁਰਖ ਨਹਿਰ ਤੋਂ ਲੰਘਣ ਵਾਲੇ ਹਨ, ਸਾਰੇ ਨਹਿਰ 'ਤੇ ਜਾ ਕੇ ਦਰਸ਼ਨ ਕਰ ਲਵੋ, ਕਰਮਾਂ ਨਾਲ ਸਮਾਂ ਬਣਿਆ ਹੈ, ਰੱਬ ਨੇ ਉੱਥੋਂ ਲੰਘਣਾ ਹੈ, ਸਾਰੇ ਜਾ ਕੇ ਦਰਸ਼ਨ ਕਰ ਲਵੋ। ਉਸ ਸਮੇਂ ਸਿਆੜ ਵਾਲੇ ਮੀਹਾਂ ਸਿੰਘ ਜੀ ਦੀ ਉਮਰ 18 ਸਾਲ ਦੀ ਸੀ। ਮੀਹਾਂ ਸਿੰਘ ਜੀ ਜੱਟ ਸਨ, ਉਹ ਖੇਤਾਂ ਵਿੱਚ ਪਸ਼ੂਆਂ ਨੂੰ ਚਾਰ ਰਹੇ ਸਨ। ਉਹਨਾਂ ਦੇ ਨਾਲ 8-9 ਮੁੰਡੇ ਹੋਰ ਵੀ ਸਨ। ਜਦੋਂ ਇਹਨਾਂ ਨੇ ਇਹ ਗੱਲ ਸੁਣੀ ਕਿ ਬਾਬਾ ਆਨੰਦ ਸਿੰਘ ਜੀ ਨੇ ਨਹਿਰ ਤੋਂ ਲੰਘਣਾ ਹੈ, ਤਾਂ ਮੀਹਾਂ ਸਿੰਘ ਜੀ ਨੇ ਆਪਣੇ ਨਾਲ ਦੇ ਮੁੰਡਿਆਂ ਨੂੰ ਕਿਹਾ ਕਿ ਕਲੇਰਾਂ ਵਾਲੇ ਮਹਾਂਪੁਰਖਾਂ ਨੇ ਨਹਿਰ ਤੋਂ ਲੰਘਣਾ ਹੈ, ਆਪਾਂ ਉੱਥੇ ਨਹਿਰ 'ਤੇ ਸਫਾਈ ਕਰ ਦਈਏ ਅਤੇ ਪਾਣੀ ਛਿੜਕ ਦਈਏ। ਮੀਹਾਂ ਸਿੰਘ ਜੀ ਅਤੇ ਹੋਰ ਸਾਰੇ ਮੁੰਡਿਆਂ ਨੇ ਇਕੱਠੇ ਹੋ ਕੇ ਪਹਿਲਾਂ ਨਹਿਰ ਦੀ ਪਟੜੀ 'ਤੇ ਸਾਰੇ ਝਾੜੂ ਮਾਰਿਆ। ਜਦੋਂ ਬੰਦੇ ਦੀ ਪਿਛਲੀ ਕਮਾਈ ਅਤੇ ਪੁੰਨ ਹੁੰਦੇ ਹਨ, ਫਿਰ ਬੰਦੇ ਦੇ ਮਨ ਵਿੱਚ ਸੇਵਾ ਕਰਨ ਦਾ ਫੁਰਨਾ ਬਣਦਾ ਹੈ। ਨਹੀਂ ਤਾਂ ਕਈ ਕਹਿ ਦਿੰਦੇ ਹਨ ਕਿ ਛੱਡ ਪਰੇ, ਆਪਾਂ ਸਾਧਾਂ ਤੋਂ ਕੀ ਲੈਣਾ ਹੈ, ਲੰਘਦਾ ਹੈ ਤਾਂ ਲੰਘ ਜਾਣ ਦੇ। ਪਰ ਮੀਹਾਂ ਸਿੰਘ ਜੀ ਦੀ ਪਿਛਲੀ ਕਮਾਈ ਸੀ, ਉਹਨਾਂ ਨੇ ਝਾੜੂ ਮਾਰਿਆ ਅਤੇ ਫਿਰ ਬੜੇ ਚਾਅ ਦੇ ਨਾਲ ਨਹਿਰ ਦੇ ਕਿਨਾਰੇ ਕਿਨਾਰੇ ਬਹੁਤ ਪਾਣੀ ਛਿੜਕ ਦਿੱਤਾ। ਜਦੋਂ ਬਾਬਾ ਜੀ ਦੀ ਗੱਡੀ ਆਈ ਤਾਂ ਗੱਡੀ ਮਿੱਟੀ ਵਿੱਚ ਜ਼ਿਆਦਾ ਪਾਣੀ ਛਿੜਕੇ ਕਾਰਨ ਸਲਿੱਪ ਹੋਣ ਲੱਗ ਪਈ, ਕਿਉਂਕਿ ਉਹਨਾਂ ਨੇ ਚਾਹ ਚਾਹ ਦੇ ਵਿੱਚ ਨਹਿਰ ਵਿੱਚੋਂ ਪਾਣੀ ਕੱਢ ਕੱਢ ਕੇ ਜ਼ਿਆਦਾ ਹੀ ਛਿੜਕ ਦਿੱਤਾ ਸੀ। ਉੱਥੇ ਗਾਰਾ ਜਿਹਾ ਬਣ ਗਿਆ। ਜਦੋਂ ਗੱਡੀ ਸਲਿੱਪ ਹੋਣ ਲੱਗ ਪਈ ਤਾਂ ਇਹ ਸਾਰੇ ਮੁੰਡੇ ਗੱਡੀ ਨੂੰ ਸਲਿੱਪ ਹੁੰਦੀ ਦੇਖ ਕੇ ਗੱਡੀ ਦੇ ਮੂਹਰੇ ਮੂਹਰੇ ਭੱਜ ਤੁਰੇ। ਬਾਬਾ ਆਨੰਦ ਸਿੰਘ ਜੀ ਗੱਡੀ ਦੇ ਵਿੱਚੋਂ ਉੱਤਰ ਕੇ ਖੜ ਗਏ। ਬਾਬਾ ਜੀ ਨੇ ਫਰਮਾਇਆ ਕਿ ਗੁਰਮੁਖੋ, ਡਰੀ ਦਾ ਨਹੀਂ, ਭੱਜੀ ਦਾ ਨਹੀਂ, ਸਾਰੇ ਇੱਧਰ ਆਓ ਅਤੇ ਗੱਡੀ ਨੂੰ ਧੱਕਾ ਲਾਓ। ਜੇ ਗੱਡੀ ਇੱਕ ਵਾਰ ਗਾਰੇ ਦੇ ਵਿੱਚ ਸਲਿੱਪ ਹੋਣ ਲੱਗ ਜਾਵੇ ਤਾਂ ਫਿਰ ਗੱਡੀ ਤੁਰਦੀ ਨਹੀਂ, ਗੱਡੀ ਦੇ ਟਾਇਰ ਇਸ ਤਰ੍ਹਾਂ ਘੁੰਮਣ ਲੱਗ ਜਾਂਦੇ ਹਨ ਜਿਵੇਂ ਟਾਇਰ ਹਵਾ ਵਿੱਚ ਘੁੰਮ ਰਹੇ ਹੋਣ। ਉਹਨਾਂ ਸਾਰਿਆਂ ਦੇ ਕਰਮ ਬਹੁਤ ਚੰਗੇ ਸਨ, ਪਰ ਮੀਹਾਂ ਸਿੰਘ ਜੀ ਦੇ ਕਰਮ ਕੁਝ ਜ਼ਿਆਦਾ ਹੀ ਚੰਗੇ ਸਨ। ਜਦੋਂ ਉਹਨਾਂ ਨੇ ਬਾਬਾ ਜੀ ਦਾ ਬਚਨ ਸੁਣਿਆ ਤਾਂ ਉਹ ਸਾਰੇ ਵਾਪਸ ਮੁੜ ਆਏ ਅਤੇ ਗੱਡੀ ਨੂੰ ਧੱਕਾ ਲਗਾ ਕੇ ਗੱਡੀ ਨੂੰ ਸੁੱਕੇ ਥਾਂ ਕੱਢ ਲਿਆਏ। ਫਿਰ ਬਾਬਾ ਜੀ ਨੇ ਗੱਡੀ ਵਿੱਚੋਂ ਉਹਨਾਂ ਸਾਰਿਆਂ ਨੂੰ ਮਿਸ਼ਰੀ ਦਾ ਪ੍ਰਸ਼ਾਦ ਦਿੱਤਾ। ਪ੍ਰਸ਼ਾਦ ਦੇ ਕੇ ਬਾਬਾ ਜੀ ਨੇ ਥੋੜ੍ਹਾ ਗੁੱਸੇ ਨਾਲ ਪੁੱਛਿਆ ਕਿ ਪਾਣੀ ਕਿਸਨੇ ਜ਼ਿਆਦਾ ਛਿੜਕਿਆ ਹੈ।
ਦੂਜੇ ਸਾਰੇ ਮੁੰਡਿਆਂ ਨੇ ਕਿਹਾ ਕਿ ਬਾਬਾ ਜੀ, ਇਸਨੇ ਸਭ ਤੋਂ ਜ਼ਿਆਦਾ ਪਾਣੀ ਛਿੜਕਿਆ ਹੈ। ਉਹਨਾਂ ਨੇ ਮੀਹਾਂ ਸਿੰਘ ਜੀ ਦੀ ਸ਼ਿਕਾਇਤ ਲਗਾ ਦਿੱਤੀ। ਉਹਨਾਂ ਨੇ ਸੋਚਿਆ ਕਿ ਹੁਣ ਬਾਬਾ ਜੀ ਮੀਹਾਂ ਸਿੰਘ ਨੂੰ ਤਾੜਨਾ ਕਰਨਗੇ। ਬਾਬਾ ਜੀ ਨੇ ਮੀਹਾਂ ਸਿੰਘ ਜੀ ਵੱਲ ਦ੍ਰਿਸ਼ਟੀ ਪਾਈ ਅਤੇ ਫਰਮਾਇਆ ਕਿ ਕਾਕਾ, ਤੇਰਾ ਨਾਮ ਕੀ ਹੈ? ਮੀਹਾਂ ਸਿੰਘ ਜੀ ਨੇ ਕਿਹਾ ਕਿ ਬਾਬਾ ਜੀ, ਮੇਰਾ ਨਾਮ ਮੀਹਾਂ ਸਿੰਘ ਹੈ। ਬਾਬਾ ਆਨੰਦ ਸਿੰਘ ਜੀ ਮੁਸਕਰਾ ਕੇ ਕਹਿਣ ਲੱਗੇ ਕਿ ਮੀਹਾਂ ਸਿੰਘ, ਮੀਂਹ ਥੋੜ੍ਹਾ ਪਾਉਣਾ ਸੀ। ਮੀਹਾਂ ਸਿੰਘ ਜੀ ਨੇ ਬਾਬਾ ਆਨੰਦ ਸਿੰਘ ਜੀ ਦੇ ਚਰਨ ਪਕੜ ਲਏ ਅਤੇ ਉਹਨਾਂ ਦੀਆਂ ਅੱਖਾਂ ਵਿੱਚ ਜਲ ਆ ਗਿਆ। ਮੀਹਾਂ ਸਿੰਘ ਜੀ ਨੇ ਬਾਬਾ ਜੀ ਨੂੰ ਕਿਹਾ ਕਿ ਬਾਬਾ ਜੀ, ਮੇਰੇ ਤੋਂ ਭੁੱਲ ਹੋ ਗਈ। ਬਾਬਾ ਆਨੰਦ ਸਿੰਘ ਜੀ ਨੇ ਮੀਹਾਂ ਸਿੰਘ ਜੀ ਨੂੰ ਥਾਪੀ ਦੇ ਕੇ ਬਚਨ ਕੀਤਾ ਕਿ ਨਹੀਂ ਨਹੀਂ, ਕੋਈ ਗੱਲ ਨਹੀਂ ਹੈ, ਇਹ ਸੇਵਾ ਤਾਂ ਬਹੁਤ ਕਰਮਾਂ ਨਾਲ ਮਿਲਦੀ ਹੈ। ਜੇ ਤੂੰ ਅੱਜ ਸਾਡੇ ਮੂਹਰੇ ਪਾਣੀ ਛਿੜਕਿਆ ਹੈ ਤਾਂ ਸਮਾਂ ਆਵੇਗਾ, ਲੋਕ ਤੇਰੇ ਮੂਹਰੇ ਵੀ ਪਾਣੀ ਛਿੜਕਿਆ ਕਰਨਗੇ। ਬਾਬਾ ਆਨੰਦ ਸਿੰਘ ਜੀ ਨੇ ਮੀਹਾਂ ਸਿੰਘ ਜੀ ਨੂੰ ਵਰ ਦੇ ਦਿੱਤਾ। ਹੁਣ ਦੱਸੋ ਕਿ ਬਾਬਾ ਆਨੰਦ ਸਿੰਘ ਜੀ ਰੱਬ ਨਹੀਂ ਸਨ? ਜੇ ਬੰਦਾ ਰੱਬ ਰੱਬ ਕਰਦਾ ਤੁਰਿਆ ਫਿਰੇ ਤਾਂ ਬੰਦੇ ਨੂੰ ਰੱਬ ਕਿਤੇ ਵੀ ਨਹੀਂ ਲੱਭਦਾ ਅਤੇ ਨਾ ਹੀ ਮਿਲਦਾ ਹੈ। ਜੇ ਰੱਬ ਮਿਲਦਾ ਹੈ ਤਾਂ ਪੂਰੇ ਮਹਾਂਪੁਰਖਾਂ ਦੇ ਵਿੱਚੋਂ ਹੀ ਮਿਲਦਾ ਹੈ। ਚੰਦਰਮਾ ਤਾਂ ਨਾਸ਼ ਹੋ ਜਾਵੇ ਪਰ ਪੂਰੇ ਮਹਾਂਪੁਰਖਾਂ ਦਾ ਬੋਲ ਨਾ ਟਲੇ। ਫਿਰ ਸਮਾਂ ਪਿਆ, ਮੀਹਾਂ ਸਿੰਘ ਜੀ ਮਹਾਂਪੁਰਖ ਹੀ ਬਣ ਗਏ। ਜਦੋਂ ਮੀਹਾਂ ਸਿੰਘ ਜੀ ਦੀਵਾਨ ਲਗਾਉਣ ਜਾਇਆ ਕਰਦੇ ਸਨ ਤਾਂ ਸਰਕਾਰੀ ਗੱਡੀ ਪਾਣੀ ਛਿੜਕਣ ਵਾਲੀ ਉਹਨਾਂ ਦੇ ਮੂਹਰੇ ਮੂਹਰੇ ਪਾਣੀ ਛਿੜਕਦੀ ਜਾਂਦੀ ਹੁੰਦੀ ਸੀ। ਜਿਨ੍ਹਾਂ ਨੇ ਮੀਹਾਂ ਸਿੰਘ ਜੀ ਦੇ ਦੀਵਾਨ ਸੁਣੇ ਹਨ ਜਾਂ ਸੰਗਤ ਕੀਤੀ ਹੈ ਉਹਨਾਂ ਨੂੰ ਪਤਾ ਹੈ ਕਿ ਇਸੇ ਤਰ੍ਹਾਂ ਹੀ ਹੁੰਦਾ ਸੀ। ਪੂਰੇ ਮਹਾਂਪੁਰਖਾਂ ਤੋਂ ਇਸ ਤਰ੍ਹਾਂ ਵਰ ਮਿਲਦੇ ਹਨ, ਇਹ ਕੋਈ ਨਿੱਕੀ ਮੋਟੀ ਗੱਲ ਨਹੀਂ ਹੈ। ਪੂਰੇ ਮਹਾਂਪੁਰਖਾਂ ਦੀ ਸੰਗਤ ਕਰਨੀ, ਸੇਵਾ ਕਰਨੀ, ਜੇ ਪੂਰੇ ਮਹਾਂਪੁਰਖਾਂ ਦੀ ਸੇਵਾ ਅਤੇ ਸੰਗਤ ਮਿਲ ਜਾਵੇ ਤਾਂ ਇਹ ਬੰਦੇ ਦੀਆਂ 21 ਕੁਲਾਂ ਨੂੰ ਤਾਰ ਦਿੰਦੀ ਹੈ। ਕਈ ਲੋਕ ਪੁੱਛਦੇ ਹਨ ਕਿ ਇਸ ਸਮੇਂ ਪੂਰੇ ਮਹਾਂਪੁਰਖ ਕੌਣ ਹਨ ਅਤੇ ਕਿੱਥੇ ਹਨ? ਇਸ ਸਮੇਂ ਪੂਰੇ ਮਹਾਂਪੁਰਖ ਬਾਬਾ ਜੋਰਾ ਸਿੰਘ ਜੀ ਹਨ, ਜਿਨ੍ਹਾਂ ਨੂੰ ਬਦਨੀ ਕਲਾਂ ਵਾਲੇ ਬਾਬਾ ਜੀ ਵੀ ਕਿਹਾ ਜਾਂਦਾ ਹੈ। ਬਾਬਾ ਜੀ 45 ਸਾਲ ਤੋਂ ਪ੍ਰਤੱਖ ਸ਼ਕਤੀ ਵਰਤਾ ਰਹੇ ਹਨ ਅਤੇ ਸੰਗਤਾਂ ਨੂੰ ਅੰਮ੍ਰਿਤ ਛਕਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜ ਰਹੇ ਹਨ ਅਤੇ ਨਾਲ ਹੀ ਬਾਬਾ ਜੀ ਦੇ ਪੁੱਤਰ ਬਾਬਾ ਗੁਰਬਖਸ਼ ਸਿੰਘ ਜੀ, ਉਹ ਵੀ ਸੰਗਤਾਂ ਨੂੰ ਅੰਮ੍ਰਿਤ ਛਕਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਦੀਵਾਨ ਲਗਾ ਕੇ ਜੋੜ ਰਹੇ ਹਨ। ਜੇ ਕਿਸੇ ਨੂੰ ਕੋਈ ਦੁੱਖ ਤਕਲੀਫ ਹੋਵੇ ਤਾਂ ਉਹ ਬਦਨੀ ਕਲਾਂ ਜਾ ਕੇ ਪੂਰੇ ਮਹਾਂਪੁਰਖਾਂ ਦੇ ਕੋਲ ਬੇਨਤੀ ਕਰਕੇ ਭੁਗਤ ਸਕਦਾ ਹੈ। ਬਾਬਾ ਜੀ ਐਤਵਾਰ, ਮੰਗਲਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਬਦਨੀ ਕਲਾਂ ਮਿਲਦੇ ਹਨ।
ਤੇ ਸੰਗਤਾਂ ਨੂੰ ਭਗਤਾਉਂਦੇ ਹਨ। ਬਦਨੀ ਕਲਾਂ ਬਰਨਾਲਾ ਰੋਡ ਤੇ ਨਾਨਕਸਰ ਤੋਂ ਅੱਗੇ ਹੈ। ਬਾਬਾ ਜੀ ਦੇ ਠਾਠ ਦਾ ਨਾਮ ਆਨੰਦ ਈਸ਼ਵਰ ਦਰਬਾਰ ਬਦਨੀ ਕਲਾਂ ਹੈ। ਇਹ ਤੁਸੀਂ ਗੂਗਲ ਮੈਪ ਤੇ ਵੀ ਸਰਚ ਕਰ ਸਕਦੇ ਹੋ। ਜਿਸਨੇ ਬਾਬਾ ਜੀ ਕੋਲ ਭੁਗਤਣਾ ਹੋਵੇ ਤਾਂ ਉਹ ਅੰਮ੍ਰਿਤ ਵੇਲੇ ਭਾਵੇਂ 7:30 ਵਜੇ ਉੱਥੇ ਪਹੁੰਚ ਜਾਵੇ, ਕਿਉਂਕਿ ਉਸ ਸਮੇਂ ਬਾਬਾ ਜੀ ਆਪ ਹੁਕਮਨਾਮਾ ਲੈਂਦੇ ਹਨ ਤੇ ਥੋੜ੍ਹੇ ਬਚਨ ਵੀ ਕਰਦੇ ਹਨ। ਫਿਰ ਉਸ ਤੋਂ ਬਾਅਦ 10:30 ਵਜੇ ਸੰਗਤਾਂ ਨੂੰ ਭੁਗਤਾਇਆ ਜਾਂਦਾ ਹੈ। ਜੇ ਮਹਾਂਪੁਰਖਾਂ ਬਾਰੇ ਹੋਰ ਕੁਝ ਪੁੱਛਣਾ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।